स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्हां नूं रिक्वेस्ट है कि अपने यूट्यूब चैनल नूं सबसक्राइब कर लियो। सो किसी भी वीर ने इदां दी ऐड करवाउणी होवे तां अपना नंबर है 84 270 1917। सो अज दी वीडियो विच आपां दो गावां जर्सी चंगीआं जिद जाण वालीआं रिकॉर्ड वालीआं इह सेल आ डिटेल वीर तों पुछदे इहनां बारे। हाँ जी, सत श्रीकाल भाई जी। सत श्रीकाल भाई जी। हाँ जी वीरे, नाम एड्रेस दस्सो अपना। नाम भाई भावनप्रीत सिंह, पिंड हंडाया, जिला बरनाला जी। मोबाइल नंबर अपना जी, कॉन्टैक्ट नंबर 98 77 86 99 ते दूजा नंबर 97 35 50 47। ठीक है, जिहड़े वीर आपां जोड़ा बैठा देखदे पए आ, इह किहड़ा किहड़ा सूआ सुंदे, की इहनां पछोकड़ है भाई? दोने बैठा दूजे सूंदियां ने जी। ठीक है, ते ऐ मन्न के जे दोने आपां बैठा फार्म च परचेज कीतियां ने। ठीक है, ओह 37 नंबर आ, इह 34 नंबर टैग बैठदा। ਠੀਕ ਹੈ, ਦੋਨੇ ਬੈਠਾ ਪਾ ਕੋਈ ਫਾਰਮ ਵਿੱਚ ਪਰਚੇਜ ਕੀਤੀ ਨਹੀਂ। ਠੀਕ ਹੈ, ਟੈਗ ਵਗੈਰਾ ਸਾਰਾ ਕੁਝ ਆਪਣੇ ਨਾਲ ਆ, ਸਾਰਾ ਕੁਝ ਆਪਣੇ ਕੋਲ ਏ ਟੂ ਜ਼ੈਡ ਰਿਕਾਰਡ ਆ ਬਾਈ। ਠੀਕ ਹੈ, ਸੀਮਨ ਵਗੈਰਾ ਬਾਅਦ ਵਿੱਚ ਦੱਸਿਆ ਸਾਰਾ ਬਾਈ, ਸਾਰਾ ਕੁਝ ਆਪਣੇ ਕੋਲ ਹੈਡ ਨੇ ਡਿਟੇਲ। ਮਨ ਜਿਹੜਾ ਬੰਦਾ ਪਰਚੇਜ ਕਰੂ ਰਿਕਾਰਡ ਆਪਾਂ ਨੂੰ ਦੱਸਾਂਗੇ, ਰਿਕਾਰਡ ਵੀ ਦਵਾਂਗੇ। ਇਹਦਾ ਮੰਨ ਲਾ ਪਹਿਲਾਂ ਦਾ ਦੁੱਧ ਕਿੰਨਾ ਦੱਸਿਆ ਮਾਲਕ ਨੇ ਆਪਾਂ ਨੂੰ? ਬਾਈ ਮਾਲਕ ਨੇ ਪਲੂਣਾ ਦੁੱਧ ਦਾ ਦੱਸਿਆ, ਕਹਿੰਦੇ ਸੱਬੀ ਦੁੱਧ ਚੋਇਆ ਕਿਤਾ ਪਹਿਲਾਂ ਦਾ। ਠੀਕ ਹੈ, ਹਾਂ ਤੇ ਇਸ ਵਾਰ ਆਪਾਂ ਨੂੰ ਦਾਜਾ ਲਾ ਸਕੀਏ ਬਾਈ? ਐ ਮੰਨ ਕੇ ਚੱਲ ਵੀ 28 ਤੋਂ 30 ਕਿਲੋ ਦੀ ਉਮੀਦ ਹੈਗੀ ਹੈ ਜੀ। ਚਲ ਆਪਾਂ ਮੰਨ ਕੇ ਚੱਲੇ ਘੱਟ ਸੇ ਵਾਲੇ ਹੋਏ, 25 ਕਿਲੋ ਵਾਲੀ ਮੰਨ ਕੇ ਲੈ ਲੇ ਬੰਦਾ। ਬਾਈ ਉਹ ਤਾਂ ਬਾਈ ਹੁਣ ਆਇਆ बाकी ब्रीड चा पूरी कच्ची कच्ची दिन लगभग किन्ने बाकी है? 13-14 दिन पेंडिंग, मत्थे ते टोआ वगैरह ਤੇ ਜੋੜਾ ਹੀ ਫਾਰਮ ਜੇ ਪਰਚੇਸ ਕਰਿਆ, ਟੈਗ ਵਗੈਰਾ ਸਾਰੇ ਲੱਗੇ ਹੋਏ ਆ। ਸਮੂਹ ਮੱਥਾ ਦੇਖੋ, ਫੇਸ ਕੁਆਲਿਟੀ ਵਗੈਰਾ ਪੂਰੀ ਚੰਗੀ, 34 ਨੰਬਰ ਦੀ ਵੈੜ ਆ ਇਹ, ਧੋਰੀ ਪ੍ਰਾਈਸ ਨੂੰ ਕਰਾ। ਸੋ ਦਿਨ ਕੁਝ ਕੁ ਲੈਂਦੀ ਪਈ ਆ, ਦੂਸਰਾ ਸੂਆ ਸੁਣਦੀ ਪਈ ਆ। 25 ਕਿਲੋ ਤੋਂ ਪਲੱਸ ਰਿਕਾਰਡ ਇਹਦਾ ਪਲੂਣ ਦਾ ਦਿੱਤਾ ਵਾ, ਚੰਗੀ ਸੇਵਾ ਕਰਨ ਲੱਗਾ 28 30, ਅਤੇ ਮੰਨ ਕੇ ਚਲੋ ਵੀ ਚੰਗੀ ਵੈੜ ਆ। ਕੋਈ ਇਹ ਨਹੀਂ ਗੱਲ ਵੀ ਲੱਸੀ ਨਾ ਵੀ ਆ ਕਿਸੇ ਪਾਸਿਓ, ਬਰੀਡ 'ਚ ਨਾ ਹੋਏ ਹੋਵੇ ਕਿਸੇ ਪਾਸਿਓ। ਸੋ ਦੇਖੋ ਮੂੰਹ ਮੱਥਾ, ਬਾਡੀ ਵੇਟ ਵਗੈਰਾ ਬਹੁਤ ਆ, ਅਤੇ ਬਾਕੀ ਹਵਾਨੇ ਅਤੇ ਰਿੰਕਲਸ ਵਗੈਰਾ ਬਹੁਤ ਚੰਗੇ ਦਿਖਾਈ ਦਿੰਦੇ ਪਏ ਆ, ਆਰਡਰ ਕੁਆਲਿਟੀ ਸਾਫ਼ ਸੁਥਰੀ ਆ। ਦੈਨ ਕੁਝ ਕੁ ਬਾਕੀ ਆ, ਅਤੇ ਮੁੱਲ ਵਾੜੀ ਵੀਰੇ ਇਹਦਾ? ਮੁੱਲ ਬਾਈ ਆਪਾਂ ਜੀ ਵੀਰ ਕੋਈ ਕੱਲੀ ਕੱਲੀ ਲੈਣਾ ਚਾਹੁੰਦਾ ਹੈ ਤਾਂ ਉਸ ਹਿਸਾਬ ਨਾਲ ਕਰ ਲਾਂਗੇ, ਜੇ ਕੋਈ ਜੋੜੇ 'ਚ ਕਰਨਾ ਫਿਰ ਆਪਾਂ ਉਸ ਹਿਸਾਬ ਨਾਲ ਕਰ ਲਾਂਗੇ। ਠੀਕ ਹੈ, ਮੁੱਲ ਮਹਿਲਾ ਫੋਨ 'ਤੇ ਕਰਾਂਗੇ। ਮੁੱਲ ਬਾਈ ਆਪਾਂ ਫੋਨ 'ਤੇ ਕਰਕੇ, ਕਿਉਂਕਿ ਬਾਈ ਆਪਾਂ ਵੀ ਕੀ ਹੈ ਨਾ ਮੁੱਲ ਲਾ ਕੇ ਲੈ, ਫਿਰ ਵੇਚਣ ਵਾਲਾ ਬੰਦਾ ਲੈ ਜਾਂਦਾ ਕੀ ਫਿਰ, ਹੈ ਨਾ? ਹਾਂ, ਵੇਚਣ ਵਾਲੇ ਬਾਈ ਆਪਣੇ ਕੋਲੇ ਕੱਚੀਆਂ ਹਲੇ ਜਿੰਨਾ ਤੱਕ ਤਿਆਰ ਹੁੰਦਾ ਤੱਕ ਵਧਦੀਆਂ ਰਹਿੰਦੀਆਂ ਇਹਨਾਂ, ਵਧਦੀ ਰਹਿੰਦਾ ਬਾਈ। ਠੀਕ ਹੈ, ਮੰਨ ਲਓ। ਸੋ ਪਹਿਲੇ ਨੰਬਰ 'ਤੇ ਮੁੱਲ ਵੀਰ ਕਹਿੰਦਾ ਚੀਜ਼ ਦੇ ਅਕੋਰਡਿੰਗ ਹੋਊਗਾ। ਸੋ ਦੂਸਰਾ ਸੂਆ ਸੁਣਦੀ ਹੈ, ਚੰਗੀ ਬਰੀਡ ਜਿੰਦ ਜਾਣ ਵਾਲੀ ਆ, ਅਸਲ ਜਰਸੀ ਜਿਹੜੇ ਵੀ ਨੇ ਮੰਨ ਕੇ ਚਲੋ ਬਰੀਡ ਅੱਗੇ ਤਿਆਰ ਕਰਨੀ ਆ, ਕਿਉਂਕਿ ਜੇ ਮੰਨ ਕੇ ਚਲੋ ਵੀ ਚੀਜ਼ ਚੰਗੀ ਹੈ ਤਾਂ ਆਪ ਹੀ ਆਟੋਮੈਟਿਕ ਬਰੀਡ ਤਿਆਰ। ਹੁਣ ਜੇ ਕੋਈ ਆਮ ਵੀਰ ਘਰੇ ਇੱਕ ਜਾਂ ਦੋ ਡੰਗਰ ਲੈ ਕੇ ਜਾਂਦਾ, ਇੱਕ ਦੋ ਡੰਗਰ ਲੈ ਕੇ ਜਾਂਦਾ ਵੀਰ, ਠੀਕ ਹੈ, ਬਹੁਤ ਫਾਰਮ ਨਵੇਂ ਪਾਏ ਨੇ ਜੀ। ਠੀਕ ਹੈ, ਤੇ ਵੀਰਾਂ ਮੰਨ ਕੇ ਚੱਲ ਵੀ ਇੱਕ ਨਾ ਬਰੀਡ 'ਚ ਬੜਾ ਲੈ ਜਾਂਦੇ ਸਾਰੇ ਨੇ, ਕਿਸੇ ਨੇ ਐਂ ਨਹੀਂ ਕਿਹਾ ਵੀਰੇ ਜੀ ਕ੍ਰੋਸ ਲੜਾ ਲੈਣੀਆਂ ਨੇ ਜੀ, ਕਿਉਂਕਿ ਹਰੇਕ ਉਹਨਾਂ ਬਾਈ ਹੁਣ ਟਾਈਮ ਆ ਜਿਹੜਾ ਜੋਗਾ ਗਾ, ਉਹ ਬਰੀਡਿੰਗ ਦੀ ਚੱਲ ਪਿਆ। ਠੀਕ ਹੈ, ਪਹਿਲਾਂ ਹੁੰਦੇ ਵੀ ਚਲਾ ਲਾਉਣਾ ਇੱਕ ਅੱਧੀ ਆਪਾਂ ਘਰ ਦੁੱਧ ਘੱਟ ਰੱਖ ਲਈ, ਜੋ ਹੁਣ ਕੋਈ ਇੱਕ ਅੱਧੀ ਵੀ ਦੁੱਧ ਖਾਤਰ ਲੈ ਕੇ ਜਾਂਦਾ, ਚਾਹੇ ਜਰਸੀ ਲੈ ਕੇ ਜਾਂ ਚਾਹੇ ਐਚਐਫ ਲੈ ਕੇ, ਬਰੀਡ ਵਾਲੀ ਲੈ ਕੇ ਜਾਂਦਾ। ਠੀਕ ਹੈ, ਤੇ ਵੀਰੇ ਦੂਜੇ ਨੰਬਰ ਜਿਹੜੀ ਨਾਲ ਦੇਖ ਰਹੇ 36 ਨੰਬਰ ਆਇਆ ਹੈ ਨਾ? ਹਾਂਜੀ, ਠੀਕ ਹੈ, ਇਹ ਵੀ ਮਤਲਬ ਸੂਆ ਇੱਕੋ ਜਗ੍ਹਾ ਤੋਂ ਆਇਆ ਹੈ ਨਾ? ਦੋਨੇ ਇੱਕੇ ਫਾਰਮ 'ਚ ਪਰਚੇਜ ਕੀਤੀ ਨੇ ਬਈ। ਠੀਕ ਹੈ, ਇਹਦਾ ਕਿੰਨਾ ਰਿਕਾਰਡ ਦੱਸਿਆ ਆਪਾਂ ਨੂੰ? ਇਹਦਾ ਬਈ 24 ਕਿਲੋ ਰਿਹਾ ਪਹਿਲਾਂ, 24 ਕਿਲੋ ਪਲੂਣ ਦਾ ਦੁੱਧ ਪਾਇਆ ਵਾ, ਤੇ ਇਹਦਾ ਵੀ ਕਨਫਰਮ ਆ ਸਾਰਾ ਕੁਝ ਬਾਇਓਡਾਟਾ ਬਈ? ਸਾਰਾ ਕੁਝ ਏ ਟੂ ਰਿਕਾਰਡ ਆਪਣੇ ਕੋਲੇ, ਜਿਹੜਾ ਕੋਈ ਵੀਰ ਪਰਚੇਜ ਕਰੂਗਾ ਜਾਂ ਆਪਾਂ ਤੋਂ ਫੋਨ ਤੇ ਪੁੱਛ ਲਈ, ਏ ਟੂ ਜ਼ੈਡ ਰਿਕਾਰਡ ਮੇਰੇ ਸਾਲਾ ਜਵਾਨ ਹੋਈ ਹੋਣੀ ਹਾਲੇ ਤਾਂ ਇਹ ਨਹੀਂ, ਇਹ 6 ਦੰਦ ਦੀ। ਠੀਕ ਹੈ, 6 ਦੰਦ, ਇਹ 6 ਦੰਦ, ਇਹ ਦੋਨੀ ਸੂਈ ਹੋ ਪਿਛਲੀ ਵਾਰ, ਫਿਰ ਦੋਨੀ ਸੂਈ ਹੋਣੀ ਹੈ ਜੀ। ਠੀਕ ਹੈ ਸਰ, ਮੱਥੇ ਤੇ ਟੋਆ ਵਗੈਰਾ ਤੇ ਸਾਫ਼ ਸੁਥਰੀ, ਤੇ ਇਹ ਤਾਂ ਬਣਦਾ ਅੱਜ ਆਏ ਦੋ ਤਰ੍ਹਾਂ ਕੀ ਲਾ ਸਕਦੇ ਆ ਬਾਈ? ਐ ਮੰਨ ਕੇ ਚਲੋ 26 27 ਕਿਲੋ ਨਾਰਮਲੀ ਦੁੱਧ 25 ਤੋਂ ਪਾਰ ਵਾਲੀ ਹੈ ਵੀ, ਖੁੱਲਿਆ ਫਿਰਦੇ ਧੱਕਾ ਕਰਦੇ ਹਨਾ ਬਾਈ? ਤੁਸੀਂ ਵਾਸਤੇ ਹੋਣਾ ਖੁੱਲਿਆ ਫਿਰਦੇ, ਖੁੱਲਾ ਖਾਦਾ ਦਿੰਦਾ ਵਾ। ਸੋ ਚੰਗਾ ਖਾਦੀਆਂ ਵੀ, ਡਾਇਟ ਪਲਾਨ ਵਗੈਰਾ ਵੀ ਚੰਗਾ ਇਹਨਾਂ ਦਾ ਹੋਇਆ ਵਾ, ਜਿਹੜੇ ਜਾਨਵਰ ਦੂਜੇ ਹੁੰਦੇ ਨੇ, ਤੇ ਬਾਕੀ ਕੰਪੈਕਟ ਡਰਾ ਦੇਖੋ, ਇਹ ਥੋੜੇ ਦਿਨ ਜ਼ਿਆਦਾ ਲੱਜੂ ਲੱਗਦਾ ਹਨਾ ਬਾਈ? ਦਿਨ ਦੇ 25 ਦਿਨ ਬਾਕੀ ਪਏ ਪੈਂਡਿੰਗ। ਠੀਕ ਹੈ, 25 ਦਿਨ ਸੂਣ 'ਚ ਪੈਂਡਿੰਗ ਆ, 25 ਦਿਨਾਂ ਨੂੰ ਜਿਵੇਂ ਕਹਿੰਦਾ ਸਿੱਧੇ ਸੱਪ ਬਣ ਗਈ, ਇਹਨੇ ਖਾ ਕੇ ਵਧੀਆ ਬਣ ਜਾਣਾ ਹਨਾ? ਵਧੀਆ ਬਣ ਜਾਣਾ ਬਾਈ, ਉਸ ਨੇ ਫਿਰ ਜਦੋਂ ਤਿਆਰ ਹੋਈ ਤਿਆਰੀ ਦਾ ਫਿਰ ਮੁੱਲ ਵੀ ਉਸ ਹਿਸਾਬ ਨਾਲ ਹੁੰਦਾ, ਕੱਚੀਆਂ ਦਾ ਫਿਰ ਉਸ ਹਿਸਾਬ ਨਾਲ ਮੁੱਲ ਹੁੰਦਾ ਜੀ। ਠੀਕ ਹੈ, ਸੋ ਦੇਖੋ ਸਾਫ਼ ਸੁਥਰੀ ਵੈੜ ਆ, ਦੂਸਰਾ ਸੂਆ ਸੂਣ ਨੂੰ ਰੈਡੀ ਆ, ਤੇ ਦਿਨ ਆਏ ਮੰਨ ਕੇ ਚਲੋ 24 25 ਵਾਕਿਆ ਮਹੀਨੇ ਦੇ ਅੰਦਰ ਸੂ ਪੈਣਾ, ਤੇ ਪੂਰੇ ਦੋਨੇ ਸਾਫ਼ ਸੁਥਰੇ ਵੈੜਾ ਜਿਹਨੇ ਆਪਾਂ ਦਿਖਾਉਂਦੇ ਪਏ ਹਾਂ। ਸੋ ਦੋਨੇ ਨਗਾਂ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਬਰੀਡ ਵਾਲੇ ਵੈੜ ਹੈਗੀਆਂ, ਤੇ ਕੋਈ ਲੇਦਾ ਪਾਣ ਨਹੀਂ, ਕੋਈ ਲਿਸਿਆ ਨਹੀਂ। 98 77 86 99 87 35 50 47 ਨੰਬਰ ਆ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਕਿਸੇ ਨਵੀਂ ਹੋਰ।